ਸੀਂ ਬਾਲੀਵੁੱਡ ਦੀਆਂ ਤਕਰੀਬਨ 15 ਤੋਂ 20 ਫਿਲਮਾਂ 'ਚ ਕੰਮ ਕੀਤਾ ਜਿੰਨਾ ਤੱਕ ਮੈਨੂੰ ਜਾਣਕਾਰੀ ਹੈ। ਸੋ ਬਾਲੀਵੁੱਡ 'ਚ ਕਿਵੇਂ ਪ੍ਰਵੇਸ਼ ਕੀਤਾ ਤੁਸੀਂ? ਬਾਲੀਵੁੱਡ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਕਿ ਮੈਂ ਥੀਏਟਰ ਕਰਦਾ ਸੀ ਦਿੱਲੀ ਵਿੱਚ। ਜੀ। ਤੇ ਫਿਰ ਹਰ ਥੀਏਟਰ ਐਕਟਰ ਦਾ ਉਹ ਸੁਪਨਾ ਹੁੰਦਾ ਹੈ ਕਿ ਕਿਤੇ ਫਿਲਮਾਂ ਵਿੱਚ ਕੰਮ ਕਰੋ। ਤੇ ਫਿਰ ਮੈਂ ਬੰਬਈ ਆਇਆ। ਬੰਬਈ ਵਿੱਚ ਮੈਂ ਕੁਝ ਟੀਵੀ ਸੀਰੀਅਲਸ ਕਿਤੇ ਤੇ ਐਡਸ ਕਿਤੇ ਕੰਮ ਸ਼ੁਰੂ ਹੋ ਗਿਆ। ਧੀਰੇ-ਧੀਰੇ ਤੇ ਐਸ ਅਸ਼ੋਕ ਮਹਿਤਾ ਸੀ ਗਏ ਇਫ ਯੂ ਨੋ ਇਜ਼ ਅ ਵੈਰੀ ਵੈਲ ਨੋਨ ਸਿਨੇਮੈਟੋਗ੍ਰਾਫਰ ਦੈਟ ਟਾਈਮ ਤੋਂ ਉਹਨਾਂ ਦੀ ਫਿਲਮ ਸੀ ਮੋਕਸ਼ ਓਕੇ ਤੇ ਉਹਦੇ ਵਿੱਚ ਮੈਨੂੰ ਪਹਿਲਾ ਬ੍ਰੇਕ ਮਿਲਿਆ ਸੀ ਤੇ ਸਭ ਤੋਂ ਅੱਛੀ ਗੱਲ ਸੀ ਕਿ ਉਹਨਾਂ ਨੇ ਮੈਨੂੰ ਬੜੇ ਅੱਛੇ ਨਾਲ ਟ੍ਰੀਟ ਕੀਤਾ ਸੀ ਐਜ਼ ਅ ਫਰਸਟ ਟਾਈਮਰ ਮੈਸੀ ਐਂਡ ਹੀ ਟ੍ਰੀਟਡ ਮੀ ਰੀਅਲੀ ਵੈਲ ਉਹ ਬੜੇ ਜਾਣੇ ਵਾਲੀ ਹਸਤੀ ਸੀ ਕਿ ਇੰਡਸਟਰੀ ਦੇ ਤੇ ਉਹਨਾਂ ਦੀ ਫਿਲਮ ਉਹਨਾਂ ਨੇ ਖੁਦ ਪ੍ਰੋਡਿਊਸ ਕੀਤੀ ਸੀ ਉਹਨਾਂ ਨੇ ਖੁਦ ਡਾਇਰੈਕਟ ਕੀਤੀ ਸੀ ਉਹਦੇ ਵਿੱਚ ਮੈਂ ਕੰਮ ਕਰ ਰਿਹਾ ਸੀ ਦੋਸਤੋ ਮੇਰਾ ਕੰਮ ਸ਼ੁਰੂ ਹੋਇਆ ਸੀ ਤੇ ਮੈਨੂੰ ਇਹ ਫਿਲਮ ਲਾਈਨ ਦਾ ਬੜਾ ਚੰਗਾ ਲੱਗਿਆ ਮੈਂ ਟੀਵੀ ਵਿੱਚ ਵੀ ਕੰਮ ਕੀਤਾ ਐਡਸ ਵਿੱਚ ਵੀ ਕੰਮ ਕੀਤਾ ਉਸ ਤੋਂ ਬਾਅਦ ਮੈਂ ਫਿਲਮਾਂ ਕਰਦਾ ਰਿਹਾ ਸੁਭਾਸ਼ ਗਾਇਨਲ ਨਾਲ ਕੰਮ ਕੀਤਾ ਤੇ ਹੋਰ بڑے ਅਸ਼ਰਾਜ ਬੈਨਰ ਨਾਲ ਕੰਮ ਕੀਤਾ ਤੇ ਆਫਟਰ ਦਿਲ ਧੜਕਨੇ ਦੋ ਜਦ ਹੋਈ 2014 ਵਿੱਚ ਤੇ ਫਿਰ ਮੇਰਾ ਕੈਰੀਅਰ ਇੱਕ ਅਲੱਗ ਲੈਵਲ ਤੇ ਚਲਾ ਗਿਆ ਸੀ ਜੀ ਦੋਸਤੋ ਬਾਦ ਬਾਲੀਵੁੱਡ ਦੀ ਜਰਨੀ ਇੱਕ ਅਲੱਗ ਲੈਵਲ ਦੀ ਹੈ ਜਦੋਂ ਪਹਿਲੀ ਵਾਰ ਬਾਲੀਵੁੱਡ ਦੀ ਕਿਸੇ ਫਿਲਮ ਦੇ ਵਿੱਚ ਕੈਮਰੇ ਦੇ ਸਾਹਮਣੇ ਆਏ ਕੀ ਫੀਲਿੰਗ ਸੀ ਉਦੋਂ আরে ਯਾਰ ਯਾਰ ਬੜੀ ਘਬਰਾਹਟ ਹੁੰਦੀ ਹੈ ਹਮ ਕਿਉਂਕਿ ਅਸੀਂ ਜਦ ਰਹਿੰਦੇ ਸੀ ਛੋਟੀ ਜਿਹੀ ਜਗਾ हिसार ਹਰਿਆਣਾ ਤੇ ਅਸੀਂ ਸੁਪਨੇ ਲੈਂਦੇ ਸੀ ਫਿਲਮ ਇੰਡਸਟਰੀ ਹੈਗੀ ਫਿਲਮ ਇੰਡਸਟਰੀ ਕਿੰਨੀ ਵੱਡੀ ਹੈਗੀ ਮਾਇਆ ਨਗਰੀ ਹੈਗੀ ਬੰਬਈ ਹੈਗੀ ਜੇ ਤੁਸੀਂ ਕੰਮ ਕਰਦੇ ਹੋ ਤੇ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਕੋਈ ਸੁਪਨਾ ਦੇਖ ਰਹੇ ਨੇ ਹਮ ਤੇ ਉਹਦਾ ਅਸ਼ੋਕ ਮਹਿਤਾ ਸੀ ਉਸ ਤੋਂ ਇਜ਼ ਦਾ ਵਾਸ ਦਾ ਵਨ ਆਫ ਦਾ ਗ੍ਰੇਟੈਸਟ ਕੈਮਰਾਮੈਨ ਤੇ ਉਹਨਾਂ ਦਾ ਕੈਮਰਾ ਵਰਕ ਇਟ ਲੁੱਕਡ ਲਾਈਕ ਅਲੱਗ ਹੀ ਦੁਨੀਆ ਵਿੱਚ ਤੁਸੀਂ ਪਹੁੰਚ ਗਏ ਸੀ ਹਮ ਹਮ ਤੇ ਬੜੀ ਘਬਰਾਟ ਹੋਈ ਸੀ ਮੈਨੂੰ ਤੇ ਗੁਲਸ਼ਨ ਗਰੋਵਰ ਵੀ ਸੀ ਉਹਦੇ ਵਿੱਚ ਅਰਜੁਨ ਰਾਮਪਾਲ ਵੀ ਸੀਗੇ ਤੇ ਮੈਂ ਆਪਣੀ ਜਗ੍ਹਾ ਪਰ ਖੜਾ ਰਿਆ ਐਂਡ ਆਈ ਥਿੰਕ ਆ ਡਿਡ ਵੈਲ ਉਸ ਫਿਲਮ ਵਿੱਚ ਜੀ ਤੇ ਫਿਰ ਜਦੋਂ ਐਂਟਰੀ ਹੋ ਗਈ ਫਿਲਮਾਂ ਦੇ ਵਿੱਚ ਫਿਰ ਚੱਲ ਸੋ ਚੱਲ ਤੇ ਹੁਣ ਤੱਕ ਕਿੰਨੀਆਂ ਕੋ ਹਿੰਦੀ ਫਿਲਮਾਂ ਚ ਅੰਦਾਜ਼ਨ ਕੰਮ ਕਰ ਚੁੱਕੇ ਹੁਣ ਜਿਹੜਾ ਮੇਨ ਫਿਲਮਸ ਹੈਗੀ ਉਹ ਤੇ 10 12 ਹੈਗੀ ਹੂੰ ਬਾਕੀ ਹੁਣ ਸਭ ਕਾਊਂਟ ਕਰ ਲੇਤੇ ਜਿੱਦੇ ਮੇਰਾ ਛੋਟਾ ਰੋਲ ਵੀ ਸੀ ਮਾੜਾ ਜਾਂ ਰੋਲ ਸੀ ਉਹ ਵੀ ਦੇ ਦੇ 22 ਫਿਲਮਾਂ ਹੋਈ ਗਈ ਨੇ ਪਰ ਹੁਣ ਮੈਂ ਬੜੀ ਮਤਲਬ ਫਿਲਮਾਂ ਦੇ ਫਿਲਮਾਂ ਕਰ ਰਿਹਾ ਐ ਔਰ ਮੈਨੂੰ ਬੜਾ ਖੁਸ਼ੀ ਹੁੰਦੀ ਐ ਇਸ ਚੀਜ਼ ਦੀ ਕਿ ਮੈਂ ਉਸ ਇੰਡਸਟਰੀ ਦਾ ਪਾਰਟ ਹੈਗਾ ਵਾਹ ਕਿਉਂਕਿ ਉਧਰ ਪਹੁੰਚਣ ਵਾਸਤੇ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਐ ਬਿਲਕੁਲ ਪਰ ਤੁਸੀਂ ਅਗਰ ਪਹੁੰਚ ਗਏ ਤੋ ਉਸ ਤੋਂ ਜ਼ਿਆਦਾ ਖੁਸ਼ੀ ਕਦੀ ਨਹੀਂ ਮਤਲਬ ਤੁਸੀਂ ਆਈ ਕਰਨਾ ਚਾਹੁੰਦੇ ਸੀ ਆਈ ਸੁਪਨਾ ਸੀ ਤੁਹਾਡਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਫਿਲਮ ਇੰਡਸਟਰੀ ਨੇ ਮੈਨੂੰ ਐਕਸੈਪਟ ਕੀਤਾ ਉਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਰੋਲ ਦਿੰਦੇ ਆ I'm very excited ਪਰ ਸੋਣਿਆ ਬਾਲੀਵੁੱਡ ਪਹੁੰਚ ਗਏ ਪੈਰ ਧਰ ਲਿਆ ਬਾਲੀਵੁੱਡ 'ਚ ਲੇਕਿਨ ਪੈ ਟਿਕਾਉਣੇ ਮੁਸ਼ਕਲ ਹੈ ਉੱਥੇ ਲੌਬੀਜ਼ ਬਣੀਆਂ ਹੋਈਆਂ ਕਹਿੰਦੇ ਬੜੀ ਲੌਬੀਜ਼ ਹੈਗੀ ਤੇ ਆਪਣੇ ਆਪਣੇ ਗਰੁੱਪ ਹੈਗੇ ਆਪਣੇ ਆਪਣੇ ਗੁੱਟ ਹੈਗੇ ਤੋਨੋਂ ਮੈਂ ਦੱਸਾਂ ਮੇਰਾ ਕੋਈ ਗਰੁੱਪ ਨਹੀਂ ਹੈਗਾ ਕੋਈ ਗੁੱਟ ਨਹੀਂ ਹੈਗਾ ਮੈਂ ਫਿਰ ਵੀ ਕੰਮ ਕਰ ਰਿਹਾ ਤੇ ਸਿਰਫ ਆਪਣੇ ਟੈਲੈਂਟ ਦੇ ਵਜ੍ਹਾ ਨਾਲ ਕਿਉਂਕਿ ਜਦ ਤਾਨੂੰ ਕੰਮ ਮਿਲਦਾ ਹੈ ਤੋ ਤੁਹਾਨੂੰ ਇਹਨਾਂ ਅੱਛਾ ਕਰਨਾ ਪੈਂਦਾ ਕਿਉਂਕਿ ਤੁਸੀਂ ਕਿਸੇ ਗਰੁੱਪ ਤੇ ਗੁੱਟ ਤੇ ਨਹੀਂ ਸਰਵਾਈਵ ਕਰ ਰਹੇ ਤੁਸੀਂ ਆਪਣੇ ਕੰਮ 'ਚ ਸਰਵਾਈਵ ਕਰ ਰਹੇ ਤੇ ਮੈਂ ਕਿਧਰ ਕੰਮ ਕਰਦਾ ਤਾਂ ਮੈਨੂੰ ਕਈ ਵਾਰ ਕਹਿੰਦੇ ਨੇ ਤੇ ਮੈਂ ਕੀਤਾ ਕੰਮ ਜ਼ਿਆਦਾ ਧਰਮਾ ਪ੍ਰੋਡਕਸ਼ਨਸ ਕਰਨ ਜੋਹਰ ਤੇ ਯਸ਼ਰਾਜ ਪ੍ਰੋਡਕਸ਼ਨਸ ਤੇ ਮੇਰੇ ਦੂਜੇ ਡਾਇਰੈਕਟਰ ਕਹਿੰਦੇ ਕਿ ਨਹੀਂ ਤੁਸੀਂ ਬਾਹਰ ਵੀ ਕੰਮ ਕਰੋ ਤੁਸੀਂ ਇਹ ਨਹੀਂ ਕਿ ਧਰਮਾ ਔਰ ਯਸ਼ਰਾਜ ਹੀ ਹੈਗੇ ਪਰ ਹੁਣ ਕੋਇਨਸੀਡੈਂਸ ਦੇਖੋ ਮੇਰੀ ਫਿਲਮ ਆ ਰਹੀ ਹੈ ਯੋਧਾ ਉਹ ਧਰਮਾ ਪ੍ਰੋਡਕਸ਼ਨਸ ਹੈਗੀ ਤੇ ਮੈਂ ਕੀਤੀ ਕੈਪਟਨ 69 અનુਪਮ ਖੇਰ ਨਾਲ ਉਹ ਇਸ ਰਾਜ প্রোডাকਸ਼ਨਸ ਹੈਗੀ ਤੇ ਉਹਨਾਂ ਦਾ ਪਿਆਰ ਵੱਡੇ ਬੈਨਰਸ ਹਲੇ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਮੈਨੂੰ ਤੇ ਫ੍ਰੈਂਕਲੀ ਬੜੇ ਮੈਰਿਜ ਮਿਲਦੇ ਹੀ ਰਹੇ ਨੇ ਹਾਂ ਹਾਂ ਆਈ ਡੋਨਟ نو ਕਿਸ ਤਰ੍ਹਾਂ ਰੱਬ ਦੀ ਮਿਹਰ ਹੋਣੀ ਹੈ ਕਿਸ ਤਰ੍ਹਾਂ ਮੈਨੂੰ ਕੰਮ ਮਿਲਦਾ ਹੈ ਮਿਲਦੇ ਸਾਰੇ ਵੱਡੇ ਬੈਨਰਸ ਅਗੇ ਪ੍ਰੋਡਿਊਸਰਾਂ ਦੀ ਡਾਇਰੈਕਟਰ ਦੀ ਚਮਚਾਗਰੀ ਵੀ ਕਰਨੀ ਪੈਂਦੀ ਥੋੜਾ ਵਕਤ ਮੈਂ ਤੇ ਕਦੀ ਨਹੀਂ ਕੀਤੀ ਪਰ ਲੋਕ ਕਰਦੇ ਨੇ ਹਾਂ ਕਿਉਂਕਿ ਇਹ ਨੈਟਵਰਕਿੰਗ ਹੈਗੀ ਤੁਹਾਨੂੰ ਅੱਛੇ ਰਿਲੇਸ਼ਨਸ ਬਣਾਉਣੇ ਪੈਂਦੇ ਨੇ ਪਰ ਮੈਂ ਸ਼ੁਰੂ ਕੀਤਾ ਸੀ ਕਿਉਂ ਮੈਂ ਦਿੱਲੀ ਤੋਂ ਆਇਆ ਸੀ ਤਾਂ ਸਾਡੇ ਬਲੱਡ ਵਿੱਚ ਐ ਸੀ ਪਰ ਮੈਨੂੰ ਰਾਸ ਨਹੀਂ ਆਇਆ ਆਈ ਫਾਊਂਡ ਇਟ ਨਾਟ ਗੁੱਡ ਤੇ ਟੈਲੈਂਟ ਨਾਲ ਅਗਰ ਤੁਸੀਂ ਅੱਗੇ ਵਧੋ ਤੇ ਤੁਸੀਂ ਬੜੇ ਖੁਸ਼ ਰਹਿੰਦੇ ਹੋ ਤੁਸੀਂ ਲੱਗਦਾ ਤੁਸੀਂ ਕੁਝ ਸਿੱਖਿਆ ਤ ਉਹਨੂੰ ਚਾਹੁੰਦਾ ਸੀ ਤੁਸੀਂ ਕੀਤਾ ਉਹਨ ਉਹਦੀ ਐਕਸੈਪਟੈਂਸ ਹੈਗੀ ਟੈਲੈਂਟ ਦੀ ਐਕਸੈਪਟੈਂਸ ਹੈਗੀ ਤਾਂ ਮੈਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਹੈਗੀ ਜੀ ਤੇ ਕੰਮ ਆਂਦਾ ਆਪਣੇ ਆਪ ਤੇ ਕਾਲ ਐਂਡ ਆ ਡੂ ਵਰਕ ਕਿਉਂਕਿ ਜਿਹੜੇ ਕਲਾਕਾਰ ਨੇ ਚਾਹੇ ਕਿਸੇ ਵੀ ਸੂਬੇ ਤੋਂ ਹੋਵੇ ਇੰਡੀਆ ਤੇ ਥੀਏਟਰ ਕਲਾਕਾਰ ਹੈ ਹਰ ਇੱਕ ਦਾ ਖਾਬ ਹੁੰਦਾ ਹੈ ਪਹਿਲਾਂ ਥੀਏਟਰ ਥੈਨ ਜੀ ਬਾਲੀਵੁੱਡ ਜੀ ਬਾਲੀਵੁੱਡ ਚਲੇ ਜਾਂਦੇ ਨੇ ਤੇ ਕਈ ਨਿਰਾਸ਼ ਹੋ ਕੇ ਮੁੜ ਆਉਂਦੇ ਨੇ ਉੱਥੇ ਐਕਸਪਲੋਇਟੇਸ਼ਨ ਹੁੰਦੀ ਹੈ ਕਿਉਂਕਿ ਮੰਨੂ ਜਿਹੜੇ ਮੋਹਲੇ ਗਤਾਰ ਦੇ ਐਕਟਰੈਕਟਸ ਸੀ ਕਈ ਵਾਰ ਇਹਨਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਖਾਸ ਕਰਕੇ ਇੱਕ ਵਾਰ ਮਹਿਮਾ ਮਾਲੀ ਦੇ ਨਾਲ ਇੰਟਰਵਿਊ ਕੀਤੀ ਚੰਡੀਗੜ੍ਹ ਆਈ ਸੀ ਤਾਂ ਉਹਨਾਂ ਦਿਨਾਂ 'ਚ ਖਬਰਾਂ ਛੱਪਦੀਆਂ ਸੀ ਜਿਹੜੀਆਂ ਨਵੀਆਂ ਹੀਰੋਇਨਸ ਜਾਂ ਨੀਆਂ ਜਾਂ ਨਵੇਂ ਕੁੜੀਆਂ ਐਂਟਰ ਹੋਣੀਆਂ ਸ਼ੋਸ਼ਣ ਕੀਤਾ ਜਾਂਦਾ ਐਕਸਪਲੋਇਟ ਕੀਤਾ ਜਾਂਦਾ ਤੇ ਮੈਂ ਸਵਾਲ ਉਹਨੂੰ ਪੁੱਛਿਆ ਮੈਂ ਕਿਹਾ हेमा ਜੀ ਅਸੀਂ ਖਬਰਾਂ ਪੜ੍ਹਦੇ ਆ ਇੱਥੇ ਬੈਠੇ ਕਿ ਬਾਲੀਵੁੱਡ ਤਾਂ ਬਹੁਤ ਐਕਸਪਲੋਇਟੇਸ਼ਨ ਹੁੰਦੀ ਹੈ ਖਾਸ ਕਰਕੇ ਲੜਕੀਆਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਉਹਨੇ ਬੜਾ ਵਧੀਆ ਜਵਾਬ ਦਿੱਤਾ ਸੀ ਉਹ ਕਹਿੰਦੇ ਸੋਤਾ ਜੀ ਸ਼ੋਸ਼ਣ ਉਹਨਾਂ ਦਾ ਕੀਤਾ ਜਾਂਦਾ ਜਿਹੜੀਆਂ ਸ਼ੋਸ਼ਣ ਕਰਵਾਉਂਦੀਆਂ ਨੇ ਤੁਹਾਡਾ ਕੀ ਨਜ਼ਰੀਆ ਹੈ ਇਹਦੇ ਬਾਰੇ ਮੇਰਾ ਵੀ ਐਹੀ ਨਜ਼ਰੀਆ ਹੈਗਾ ਪਰ ਮੈਂ ਕਹਿੰਨਾ ਪਹਿਲੇ ਜ਼ਰੂਰ ਥੋੜਾ ਅਨਸੇਫ ਸੀਗਾ ਮੈਂ ਜਾਣਾਂ 90s ਵਿੱਚ ਆਈ ਡਿਡਨਟ ਫੀਲ ਅ ਬੜਾ ਰਾਈਟ এনवायरमेंट ਸੀ ਫਾਰ ਫੀਮੇਲ ਆਰਟਿਸਟ ਟੂ ਵਰਕ ਤੇ ਮੇਰਾ ਐਕਸਪੀਰੀਅੰਸ ਹੈਗਾ ਆਈ ਯੂਜ਼ ਟੂ ਬੜਾ ਚੰਗਾ এনवायरमेंट ਨਹੀਂ ਸੀਗੀ এনवायरमेंट ਬਦਲਿਆ ਮੈਂ ਰੈਲਾਈਜ਼ ਕੀਤਾ ਜਦ ਇਕਤਾ ਕਪੂਰ ਨੇ ਆਪਣੇ ਡੇਲੀ ਸ਼ੋਜ਼ ਬਣਾਉਣ ਸ਼ੁਰੂ ਕੀਤੇ ਉਹਦੇ ਵਿੱਚ ਕੀ ਹੋਇਆ ਦਾ ਊਮਨ ਉਹਨਾਂ ਨੂੰ ਰਿਸਪੈਕਟ ਥੋੜੀ ਜਿਹੀ ਮਿਲੀ ਸੀ ਉਹਨੇ ਰਿਸਪੈਕਟ ਦਿੱਤੀ ਆਰਟਿਸਟ ਨੂੰ ਤੇ ਉਹ ਆਰਟਿਸਟ ਫੀਮੇਲ ਸੀਗੇ ਉਹਨੇ ਧਿਆਨ ਰੱਖਿਆ ਫੀਮੇਲ ਆਰਟਿਸਟਾਂ ਦਾ ਤੇ ਉਧਰੋਂ ਉਹ ਪਾਵਰਮੈਂਟ ਹੋ ਗਈ ਤੇ ਅੱਜ ਤੇ ਟੋਟਲੀ ਡਿਫਰੈਂਟ ਹੈਗਾ ਅੱਜ ਤੇ ਤੁਸੀਂ ਦੇਖਦੇ ਹੋ ਬੰਦੇ ਨਾਲ ਆਪਣੇ ਸਟਾਰਸ ਦੇ ਨਾਲ ਕੰਦੇ ਤੋਂ ਕੰਦਾ ਮਿਲਾ ਕੇ ਕੰਮ ਕਰਦੇ ਹਨ ਟੈਲੈਂਟਡ ਐਕਟ੍ਰੈਸ ਹੈਗੀ आलिया ਭਟ ਮੈਂ ਉਹਦੇ ਨਾਲ ਕੰਮ ਕੀਤਾ ਤੇ ਮੈਂ ਜਾਣਨਾ ਹੁਣ ਤੇ ਕੁਝ ਨਹੀਂ ਇੰਨਾ ਸੇਫ ਐਨਵਾਇਰਨਮੈਂਟ ਮੈਂ ਕਦੀ ਦੇਖਿਆ ਹੀ ਨਹੀਂ ਲੈਸਾਂ ਨੂੰ ਕੰਪੀਟ ਕਰਨਾ ਪੈਂਦਾ ਕਈ ਵਾਰ ਬੂਮਨ ਆਰਟਿਸਟ ਹੈ ਨਾ ਟ੍ਰੈਂਡ ਹੁੰਦੀ ਹੈ ਐਨਾ ਕੁਝ ਟੈਲੈਂਟ ਹੈਗਾ ਤਾਂ ਔਰ ਤੁਰੇ ਪੂਰੀ ਦੁਨੀਆ ਤੋਂ ਆ ਰਹੀ ਨੇ ਬਾਲੀਵੁੱਡ ਦੇ ਸਫ਼ਰ ਦੌਰਾਨ ਜਦੋਂ ਸੀ ਵੱਖ-ਵੱਖ ਫਿਲਮਾਂ 'ਚ ਵੱਖ-ਵੱਖ ਰੋਲ ਕੀਤੇ ਨੇ ਕੋਈ ਅਜਿਹਾ ਰੋਲ ਜਿਸ ਦਾ ਤੁਸੀਂ ਜ਼ਿਕਰ ਕਰਨਾ ਚਾਹੋ ਖਾਸ ਕਰਕੇ ਇੱਕ ਜਾਂ ਦੋ ਰੋਲ ਅਜਿਹੇ ਮੇਰਾ ਦੇਖੋ ਮੈਂ ਸਭ ਤੋਂ ਪਿਆਰਾ ਰੋਲ ਸੀ ਮੇਰਾ ਸਾਣ ਦੀ ਆਂਖ ਵਿੱਚ ਉਹਦੇ ਮੈਂ ਤਾਪਸੀ ਦਾ ਹਸਬੰਡ ਪਲੇ ਕੀਤਾ ਸੀ ਮੈਂ ਹਰਿਆਣਵੀ ਪਲੇ ਕੀਤਾ ਸੀ ਕਿਸਾਨ ਹਰਿਆਣਵੀ ਕਿਸਾਨ ਤੇ ਉਸ ਤੋਂ ਵੱਡੀ ਗੱਲ ਐ ਸੀਗੀ ਕਿ ਮੈਂ ਉਸ ਤੋਂ ਪਹਿਲੇ ਸੋਨੂ ਟਿੱਟੂ ਕੀ সুইਟੀ ਕੀਤੀ ਸੀ ਤੇ ਮੈਂ ਡਾਇਰੈਕਟਰ ਦਾ ਕਦਰਦਾਨ ਹੈਗਾ ਉਹਨਾਂ ਨੇ ਸੋਚਿਆ ਕਿ ਮੈਂ ਰੋਲ ਕਰ ਸਕਣਾ ਤੇ ਉਹ ਮੇਰੇ ਬੜੇ ਨੇੜੇ ਸੀ ਕਿਉਂ ਮੈਂ ਹਰਿਆਣਾ ਪੱਲਾ ਬੜਿਆ 15 ਸਾਲ ਤੇ ਉਹ ਪਰਫਾਰਮ ਕੀਤਾ ਤੇ ਸਭ ਤੋਂ ক্লোਜ਼ ਉਹੀ ਹੋ ਜਾਂਦਾ ਜੋ ਤੁਹਾਨੂੰ ਸੀੜੀ ਬਣਾਉਂਦਾ ਬਾਲੀਵੁੱਡ ਵਿੱਚ ਉਹ ਸੀ ਦਿਲ ਧੜਕਨੇ ਦੋ ਵਿੱਚ ਮੇਰਾ ਪ੍ਰੇਮ ਮਹਿਰਾ ਦਾ ਰੋਲ ਅਨਿਲ ਕਪੂਰ ਦਾ ਮੈਂ ਯੰਗਰ ਬ੍ਰਦਰ ਸੀ ਉਹਦੇ ਵਿੱਚ ਤੇ ਉਹ ਮੇਰੇ ਲਈ ਬੜਾ ਇੰਪੋਰਟੈਂਟ ਰੋਲ ਹੈਗਾ ਕਿ ਉਹਨੇ ਮੇਰੇ ਲਈ ਰਾਸਤਾ ਖੋਲਿਆ ਬਾਲੀਵੁੱਡ ਵਾਸਤੇ ਬਾਲੀਵੁੱਡ ਦੇ ਵਿੱਚ ਅੰਡਰਵਰਲਡ ਦਾ ਕਿੰਨਾ ਕੁਸ ਆਇਆ ਹੈਗਾ ਹੁਣ ਤੇ ਮੈਂ ਕਹਾਂਗਾ ਨਹੀਂ ਹੈ ਪਹਿਲੇ ਤੇ ਸੀ ਹੁਣ ਕੀ ਹੈਗਾ ਹੁਣ ਇਟਸ ਅ ਬਿਜ਼ਨਸ ਬਣ ਗਿਆ ਨੇ ਤੁਸੀਂ ਪੈਸਾ ਲਗਾਓ ਤੁਸੀਂ ਪੈਸਾ ਰਿਟਰਨ ਆਉਂਦਾ ਤੇ ਕਾਫੀ ਕਾਰਪੋਰੇਟ ਕੰਪਨੀਆਂ ਆ ਗਈ ਨੇ ਜਿਸ ਤਰ੍ਹਾਂ ਰਿਲਾਇੰਸ ਹੈਗਾ ਧਰਮ ਆਇਆ ਹੈ ਇਹ ਵੀ ਪਬਲਿਕ ਲਿਮਿਟਿਡ ਕੰਪਨੀਆਂ ਬਣ ਗਈ ਨੇ ਸੁਭਾਸ਼ ਗੈਦੀ ਕੰਪਨੀ ਪਬਲਿਕ ਲਿਮਿਟਿਡ ਹੈ ਤੇ ਕਾਫੀ ਲੋਕ ਪੈਸਾ ਲਗਾਉਂਦੇ ਆ ਦੇ ਵਿੱਚ ਤੇ ਇੰਡਸਟਰੀਅਲ ਇਸ ਬਿਜ਼ਨਸਮੈਨ ਦੇ ਪੁੱਟ देयर ਮਨੀ ਇਨ ਥਿਸ ਬਿਕੋਜ਼ ਦ ਰਿਟਰਨਸ ਕਾਫੀ ਹਾਈ ਹੈਗੇ ਤੇ ਬੈਂਕਸ ਵੀ ਕਈ ਵਾਰ ਫਾਈਨਾਂਸ ਕਰ ਦਿੰਦੇ ਆ ਪ੍ਰੋਜੈਕਟ ਪਰ ਅਗਰ ਗਵਰਨਮੈਂਟ ਐਨੋ ਫਿਲਮ ਇੰਡਸਟਰੀ ਬਣਾ ਦੇ ਤੇ ఎవਰੀਥਿੰਗ ਏਟ ਸਾਰਟਡ ਹੂੰ ਤੇ ਤੁਸੀਂ ਕਿਹਾ ਪਹਿਲਾਂ ਸੀਗਾ ਹੁਣ ਨਹੀਂ ਹੈਗਾ ਜੋ ਅੰਡਰਵਰਡ ਦਾ ਦਾਅਵਾ ਹੈਗਾ ਹਾਂਜੀ ਤੇ ਹੁਣ ਇੱਕ ਹੋਰ ਵੀ ਸੁਣ ਚਾਹਿਆ ਲੌਬੀਸ ਆਪਾਂ ਪਹਿਲਾਂ ਗੱਲ ਕੀਤੀ ਸੀ ਲੌਬੀਸ ਬਣੀਆਂ ਹੋਈਆਂ ਨੇ ਇਹ ਜਿਹੜੀਆਂ ਲੌਬੀਸ ਬਣੀਆਂ ਹੋਈਆਂ ਨੇ ਇਹ ਕਹਿੰਦੇ ਕਿ ਕੋਈ ਫਿਲਮ ਆਉਂਦੀ ਹੈ ਉਹਨਾਂ ਆਪਣੀ ਲੌਬੀ ਨੂੰ ਪ੍ਰਮੋਟ ਕਰਨਾ ਦੂਜਿਆਂ ਨੂੰ ਠਿੱਬੀ ਲਾਉਣੀ ਹੈਗੀ ਐ ਸੋ ਇਹ ਲੌਬੀਸ ਬਣੀਆਂ ਹੋਈਆਂ ਤੁਸੀਂ ਇਹਨਾਂ ਨੂੰ ਕਿਵੇਂ ਵੇਖ ਰਹੇ ਹੋ ਚੰਗਾ ਹੈ ਬਾਲੀਵੁੱਡ ਦੇ ਲਈ ਜਾਂ ਮੰਦਾ ਹੈ ਇਹ ਤੇ ਕਦੀ ਵੀ ਚੰਗਾ ਨਹੀਂ ਹੈਗਾ ਲੌਬੀਸ ਦਾ ਪਰ ਉਹ ਬੰਦੇ ਨੂੰ ਅਗਰ ਕੰਮ ਕਰਨਾ ਹੈਗਾ ਤੇ ਲੌਬੀ ਬਣਾਨੀ ਪੈਂਦੀ ਆਪਣੀ मेरी कोई लॉबी नहीं बनी तो सब मैं समझ ही नहीं सकता लॉबीज़ होती की है पर लोग बना दे अपना ग्रुप बना अपना गुट बना पर्टिकुलर एक्टर्स एस पर्टिकुलर प्रोडक्शन ही कम करेंगे आ, दे वोंट वर्क विद अदर्स तो ये बड़ा ए म्यूजिक देगा तो ए प्रोड्यूसर ही देगा म्यूजिक उन्होंने नहीं देगा बड़ा ए बड़ा फ्रेंडली हैगा उधर बड़ा हिडन फ्रेंडली हैगा ਯਸ ਮੈਂ ਉਸੇ ਗਾਲਟੀਆ ਤੁਸੀਂ ਹੁਣੇ ਆਏ ਤੁਸੀਂ ਲਾਈਨ ਤੇ ਹਿਡਨ ਹੈਗਾ ਉਹ ਬੜਾ ক্লোਜ਼ ਨਿਟ ਫੈਮਿਲੀ ਤਰ੍ਹਾਂ ਕੰਮ ਹੁੰਦਾ ਉਹਦੇ ਵੀ ਇਹ ਵੀ ਕਹਿੰਦੇ ਨੇ ਕਿ ਜਿਹੜੇ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਨੇ ਵੱਡੇ ਬੈਨਰ ਨੇ ਤੇ ਪਿੱਛੇ ਫੰਡਿੰਗ ਇਹਨਾਂ ਦੀ ਹੁੰਦੀ ਹੈਗੀ ਇਹਨਾਂ ਲੋਕਾਂ ਦੀ ਹੁੰਦੀ ਹੈ ਅੰਡਰਵਰਲਡ ਵਾਲਿਆਂ ਦੀ ਹੁੰਦੀ ਹੈ ਇਹ ਕੁਝ ਅਜਿਹੇ ਲੋਕ ਨੇ ਜਿਹੜੇ ਇਹ ਵੱਡੀਆਂ ਪਾਵਰਸ ਨੇ ਉਹ ਫਿਲਮਾਂ ਵੀ ਉਹੋ ਜਿਹੀਆਂ ਬਣਾਉਣੀਆਂ ਫਰਜ ਕਿ ਕਿਸੇ ਧਰਮ ਨੂੰ ਪ੍ਰੋਮੋਟ ਕਰਨਾ ਹੈ ਉਸ ਤਰ੍ਹਾਂ ਦੀਆਂ ਫਿਲਮਾਂ ਹੈਗੀਆਂ ਉਹ ਫਿਰ ਅਲੱਗ ਕਿਸਮ ਦੀ ਫਿਲਮ ਆਏਗੀ ਹਾਂ ਜਿਹੜੀ ਪ੍ਰੋਪਰ ਐਂਟਰਟੇਨਮੈਂਟ ਵਾਸਤੇ ਹੈ ਉਹਦਾ ਅਸੀਂ ਕੰਮ ਕਰਦੇ ਨੇ ਤੇ ਅਸੀਂ ਸਬਜੈਕਟ ਆਂਦਾ ਤੇ ਜਿਸ ਤਰ੍ਹਾਂ ਦੀ ਫਿਲਮ ਬਣਦੀ ਹੈ ਜੋ ਅਸੀਂ ਸੈਟ ਵਿੱਚ ਮਾਹੌਲ ਦੇਖਦੇ ਹੈ ਬੜਾ ਕਾਰਪੋਰੇਟ ਹੈਗਾ ਵੈਰੀ ਕਾਰਪੋਰੇਟ ਤੁਸੀਂ ਦੇਖੋਗੇ ਯੰਗ ਮੁੰਡੇ ਮੁੰਡੀਆਂ ਅਮਲ ਮੁੰਡੇ ਆਏ ਹੋਏ ਨੇ ਪੜੇ ਪੜੇ ਲਿਖੇ ਉਹਦਰ ਸਭ ਕੰਮ ਕਰ ਰਹੇ ਨੇ ਬੜਾ ਕਾਰਪੋਰੇਟ ਹੈਗਾ ਐਨੇ ਪੜੇ ਲਿਖੇ ਲੋਕ ਸਭ ਉਸ ਫੀਲਡ ਵਿੱਚ ਹੈਗੇ ਤੇ ਮੈਂ ਧਰਮਾ ਪ੍ਰੋਡਕਸ਼ਨ ਵਿੱਚ ਗਿਆ ਯਸ਼ਰਾਜ ਪ੍ਰੋਡਕਸ਼ਨਸ ਵਿੱਚ ਮੈਂ ਉਹਨਾਂ ਨੂੰ ਕਈ ਵਾਰ ਕਹਿੰਦਾ ਮੈਂ ਐਨੇ ਅੱਛੇ ਤੋੜੇ ਲੋਕ ਹੈਗੇ ਉਹਨਾਂ ਨੂੰ ਹਾਲੀਵੁੱਡ ਦਾ ਟ੍ਰੇਨਿੰਗ ਦਿੱਤੀ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਟ੍ਰੇਨ ਕਰਨਾ ਐਸਪਾਇਰ ਦੇ ਅਸੀਂ ਕਰਦੇ ਹਾਂ ਪਰ ਉਹ ਡਿਫਿਕਲਟ ਹੈਗਾ ਥੋੜਾ ਐਨਾ ਕਿ ਬਾਲੀਵੁੱਡ ਹਾਲੀਵੁੱਡ ਨੂੰ ਜੇ ਪਵਨ ਚੋਪੜਾ ਜੀ ਨੂੰ ਇਹ ਪੁੱਛਿਆ ਜਾਏ ਕਿਸ ਬੈਨਰ ਥੱਲੇ ਟਾਪ ਪ੍ਰਾਇਓਰਟੀ ਹੋਏਗੀ ਦੋ ਨਹੀਂ ਕੇਵਲ ਤੇ ਇੱਕ ਬੈਨਰ ਜਿਸ ਥੱਲੇ ਤੁਹਾਨੂੰ ਕੰਮ ਕਰਕੇ ਖੁਸ਼ੀ ਹੁੰਦੀ ਹੈ ਇਹ ਅਜੇ ਉਹ ਖਾ ਪੂਰਾ ਨਹੀਂ ਹੋਇਆ वो धर्म है कि मैं सब तो ज़्यादा प्यार करण जोहर प्रोडक्शन mm -hmm. तो मिले तो उन्होंने मैनू कई बार ट्रस्ट किया कई बार उन्हें जैसे योद्धा से yes. वो एक्टर कोई कोविड में हो गया सी। ते दे स्पेशली कॉल्ड मी सर कैन यू कम नाउ सर शूट करना इट्स वेरी अर्जेंट सो आई वेंट देयर वो साडा क्योंकि दे हैव टेकन केयर ऑफ शे शेर शाह कैटरैक्ट हो गया से आई हैड एन ऑपरेन कैटरैक्ट सो शूटिंग हैड टू बी पोस्टपोन फॉर फिफ्टीन डेज बिकॉज ऑफ मी Hum. they had all the dates siddharth mulootra sub stars the but they did it koi bollywood ch kaam karde samay koi naraash pal jado bahut naraasha hoye hove tusi kehna chhad jana hona si koi ajab pal hunde nahi hai hunte nahi hai main isse zyada hai ga ki main kai bar director nu kehnda are e todi film hai mehnat karo extra ki film ban gayi because i want ki film should be a hit main kai bar kam kar kar ke inne saal ਮੈਨੂੰ ਕਈ ਵਾਰ ਲੱਗਦਾ ਹੈ ਕਿ ਅਸੀਂ ਲੂਜ਼ ਨਹੀਂ ਕਰਨਾ ਸੀ ਇਟ ਸ਼ੁਡ ਮੇਕ ਅ ਗੁੱਡ ਫਿਲਮ ਤੇ ਮੈਂ ਕਾਫੀ ਇਨਵੋਲਵ ਹੋ ਜਾਣਾ ਇਮੋਸ਼ਨਲੀ ਤੁਸੀਂ ਹੁਣੇ ਸ਼ਬਦ ਵਰਤਿਆ ਟੂ ਮੇਕ ਅ ਗੁੱਡ ਫਿਲਮ ਤੁਹਾਡੇ ਅਨਸਾਰ ਗੁੱਡ ਫਿਲਮ ਦੀ ਕੀ ਪਰਿਭਾਸ਼ਾ ਹੈ ਕਿਉਂਕਿ ਹਰ ਪ੍ਰੋਡਿਊਸਰ ਹਰ ਡਾਇਰੈਕਟਰ ਚਾਹੁੰਦਾ ਜਿਹੜੀ ਫਿਲਮ ਬਣਾਉਂਦਾ ਉਹ ਸੁਪਰ ਡੋਪਰ ਹਿੱਟ ਹੋਵੇ ਲੇਕਿਨ ਟਿਕਦੀ ਸੌ ਵਿੱਚ ਇੱਕ ਦੀ ਹੋएगी ਨਹੀਂ ਉਹ ਬੜਾ ਗਲਤ ਰਹੇਗਾ ਇੰਡਸਟਰੀ ਕਮ ਜਦ ਤੱਕ ਸਟਾਰ ਸਿਸਟਮ ਨਹੀਂ ਖਤਮ ਹੁੰਦਾ ਆਈ ਡੋਟ ਫੀਲ ਫਿਲਮ ਇੰਡਸਟਰੀ ਕਦੀ रिक आगे वाएगी आई आई सीन मैं तेलुगु तमिल वो फिल्मा कितियाँ तो उधर दे स्टार्स किस तरह देर इज़ नो स्टार सिस्टम तो मिल के असी काम करते हैं एंड वी मेक ब्यूटीफुल फिल्म उधर बनती है मेरी सीता रमम सी तेलुगु फिल्म दिलकर सलमान सी हानू सर से डायरेक्टर पर तुम्हें देखना सी असी किस तरह कम कर रहे थे मिल के कम कर रहे नहीं स्टार है ए हैगा वो हैगा जब तक स्टार सिस्टम खत्म नहीं हो जाएगा बॉलीवुड में ਮੈਨ ਨਹੀਂ ਸੋਚ ਸਕਦਾ ਉਹ ਫਿਲਮਾਂ ਬਣਾ ਸਕਦਾ ਹੁਣ ਜਿਸ ਤਰ੍ਹਾਂ ਪੋਲਿਟਿਕਸ ਵਿੱਚ ਪਰਿਵਾਰਵਾਦ ਹੈ ਫਿਲਮਾਂ ਵਿੱਚ ਵੀ ਪਰਿਵਾਰਵਾਦ ਹੈ ਕਪੂਰ ਵਾਲਿਆਂ ਨੇ ਕਪੂਰ ਦੇ ਲੈਣੇ ਹੈਗੇ ਤੇ ਹੁਣ ਧਰਮਿੰਦਰ ਚਾਹੇਗਾ ਮੇਰੇ ਬੇਟੇ ਆਉਣ ਅੱਗੇ ਉਹਨਾਂ ਦੇ ਪੋਤੇ-ਪੜੋਤੇ ਆਉਣ ਸੋ ਇਸ ਤਰ੍ਹਾਂ ਹੀ ਜਿਹੜੇ ਸਟਾਰ ਡਮ ਹੈਗੇ ਆ ਆ ਜਿਹੜਾ ਪਰਿਵਾਰਵਾਦ ਕਿੰਨਾ ਕੁ ਭਾਰੂ ਹੈ ਇਸ ਵੇਲੇ ਵੀ ਪਰਿਵਾਰਵਾਦ ਤੇ ਹੁਣ ਕਾਫੀ ਹੈਗਾ ਮੈਂ ਸੋਚਣਾ ਪਹਿਲੇ ਕੀ ਸੀ ਪਹਿਲੇ ਲੋਕ ਆਪਣੇ ਮੁੰਡੇ ਮੁੰਡੀਆਂ ਨੂੰ ਉਧਰ ਆਨ ਨਹੀਂ ਦਿੰਦੇ ਸੀ ਇੰਡਸਟਰੀ ਵਾਸ ਨਾਟ ਡੈਟ ਗੁੱਡ ਕਨਸੀਡਰਡ ਹੁਣ ਸਭ ਦੇ ਬੱਚੇ ਆ ਰਹੇ ਨੇ ਤੇ ਬੜੇ ਔਰੇ ਨੇ ਉਹਨਾਂ ਇੰਡਸਟਰੀ ਵਿੱਚ ਆਣਾ ਇਨਾ ਪੈਸਾ ਹੈਗਾ ਇਨਾ ਕਰੋੜਾ ਹੈ ਰੁਪਿਆ ਹੈਗਾ ਸੋ ਹਰ ਕੋਈ ਅਜਮਾਨਦਾ ਤੇ ਬਾਹਰ ਦੇ ਲੋਕਾਂ ਨੇ ਲਈ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਯੰਗਸਟਰਸ ਲਈ ਬਹੁਤ ਮੁਸ਼ਕਿਲ ਹੈਗਾ ਆਈ ਸੀ ਟੈਲੈਂਟ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਟੈਲੈਂਟ ਸ਼ੁੱਡ ਬੀ ਦਾ ਵਨ ਪਰ ਉਸ ਕਰਕੇ ਸਾਡੀ ਫਿਲਮਾਂ ਅੱਛੀ ਨਹੀਂ ਬਣਦੀ ਮੈਂ ਇਸ ਤਰ੍ਹਾਂ ਸੋਚਣਾ ਇਹ ਜਿਹੜੇ ਐਕਟਰ ਹੈ ਐਕਟ੍ਰੈਸ ਹੈ ਅਸਲ ਜ਼ਿੰਦਗੀ ਤੋਂ ਕਿੰਨਾ ਕੁ ਇਹ ਦੋਰ ਨੇ ਜੋ ਪਰਦੇ ਤੇ ਦਿਸਦੇ ਨੇ ਰੋਲ ਕਰਦੇ ਨੇ ਇੱਕ ਉਹ ਜ਼ਿੰਦਗੀ ਇੱਕ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਹਾਂ ਪਰ ਮੈਂ ਜਦਵੇ ਮਿਲਿਆ ਨਾ ਮੈਂ ਤੁਹਾਨੂੰ ਇਹ ਕਹਿਣਾ ਜਿਤ ਵੀ ਮੈਂ ਫਿਲਮਜ਼ ਵਿੱਚ ਕੰਮ ਕੀਤਾ ਮੈਂ ਸਟਾਰਸ ਨਾਲ ਕੰਮ ਕੀਤਾ ਮੈਂ ਪਤਾ ਕੀ ਹੈ ਕਿ ਇਹ ਐਡ ਡਿਜ਼ਰਵ ਕਰਦੇ ਆ ਸਕਸੈਸ ਫੇਮ ਐਨੇ ਅੱਛੇ ਲੋਕ ਹੈਗੇ ਹੋ ਮੈਨੂੰ ਟੀਵੀ ਵਿੱਚ ਨੇ ਜਾਂ ਐਡ ਲਾਈਨ ਵਿੱਚ ਜਾਂ ਮੇਰੀ ਵੈਬ ਸੀਰੀਜ਼ ਵਿੱਚ ਨੇ ਪਰ ਵੈਨ ਆਈ ਮੀਟ ਅ ਸਟਾਰ ਸਟਾਰ ਐਨਾ ਪਿਆਰ ਦਿੰਦਾ ਸਾਨੂੰ ਤੁਸੀਂ ਬਲੀਵ ਕਰਨਾ ਸਾਨੂੰ ਸਰ ਸਰ ਕਹਿ ਕੇ ਰਿਸਪੈਕਟ ਨਾਲ ਨਹੀਂ ਗੱਲ ਕਰਦੇ ਤੇ ਮੈਂ ਕਹਿੰਨਾ ਲੈ ਅਸੀਂ ਕਹਿੰਨੇ ਇਹ ਬੜੇ ਚੰਗੇ ਲੋਕ ਹੈਗੇ ਨੇ ਤਾਂ ਫਿਰ ਉਹਨਾਂ ਨੂੰ ਫੇਮ ਮਿਲਦੀ ਹੈ ਸਕਸੈਸ ਮਿਲਦੀ ਹੈ ਤੇ ਮੈਂ ਕਹਿੰਨਾ ਡਿਸਰਵ ਕਰਦੇ ਨੇ ਕੁਝ ਮੰਦੇ ਵੀ ਹੋਣਗੇ ਉਹ ਤੇ ਹੁੰਦੀ ਹੈ ਉਹਦੇ ਨਾਲ ਸਾਡਾ ਵਾਸਤਾ ਨਹੀਂ ਹੈ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਨਹੀਂ ਹੁੰਦੇ ਪਰ ਮੇਰਾ ਐਕਸਪੀਰੀਅੰਸ ਨਹੀਂ ਰਿਹਾ ਮੈਂ ਉਹਦਾ ਪਰਸਨਲ ਹੋ ਜਾਂਦਾ ਕਿ ਮੈਂ ਆਪਣੇ ਲੈਵਲ ਤੇ ਕਿਸੇ ਨੂੰ ਆਖਾਂ ਕਿ ਉਹ ਇਸ ਤਰ੍ਹਾਂ ਦਾ ਬੰਦਾ ਹੈਗਾ ਆਈ ডো ਨੋ ਵਨ ਟੂ ਜਜ ਸਮਵਨ ਪਰ ਮੈਂ ਮੋਸਟਲੀ ਬੜੇ ਅੱਛੇ ਲੋਕ ਦੇਖੇ ਨੇ ਆਲਿਆ ਦੇਖੀ ਜਾਂ ਸਿਧਾਰਥ ਮਲੋਤਰਾ ਸੈਫ ਜਾਂ ਆਪਣੇ ਰਣਵੀਰ ਸਿੰਘ ਪ੍ਰਿਯੰਕਾ ਆਈ ਫਾਊਂਡ them ਐਕਸਟਰਾਔਡਨਰੀ ਗੁੱਡ ਪੀਪਲ ਹਮਮ ਤੇ ਉਹ ਤੁਹਾਨੂੰ ਸਟਾਰ ਸਿਸਟਮ ਤੇ ਹੈਗਾ ਪਰ ਫਿਰ ਵੀ ਉਹ ਇਨਕਲੂਡ ਕਰਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਵੀ ਜੀ ਆਉਣ ਵਾਲੇ ਪ੍ਰੋਜੈਕਟਾਂ ਦੇ ਬਾਰੇ ਦੱਸੋ ਆਉਣ ਆਉਣ ਵਾਲਾ ਇੱਕ ਬੜਾ ਚੰਗਾ ਪ੍ਰੋਜੈਕਟ ਮੈਂ ਕਰ ਰਹੇ ਹਾਂ ਜੀ ਇਹ ਬੜਾ ਸਰਪ੍ਰਾਈਜ਼ਿੰਗ ਪ੍ਰੋਜੈਕਟ ਹੈਗਾ ਇਹ ਤੇਲਗੂ ਫਿਲਮ ਹੈਗੀ ਓਕੇ ਤੇ ਕਾਰਤਿਕ ਗਟਮਨ ਹੈਗਾ ਉਹ ਕਾਰਤਿਕ 2 ਦੇ ਇਜ਼ ਅ ਡੀਓਪੀ ਐਡੀਟਰ ਤੇ ਉਹਨਾਂ ਦੀ ਫਿਲਮ ਹੈਗੀ ਤੇ ਮੈਂ ਉਹ ਉਹਦੇ ਵਿੱਚ ਉਹ ਵਾਸਤੇ ਬੜਾ ਐਕਸਾਈਟਿਡ ਹੈਗਾ ਕਿ ਉਹ ਸ਼ੂਟਿੰਗ ਅਸੀਂ ਸ਼ੁਰੂ ਕਰ ਦਿੱਤੀ ਹੈ ਅਸੀਂ ਇੱਕ ਦਿਨ ਹਾਲੇ ਕਾਟਮੰਡੂ ਵਿੱਚ ਕਿਤੇ ਸੀ ਨਾਊ ਵੀਲ ਗੋ ਟੂ ਹਾਈਦਰਾਬਾਦ THAILAND ਬੜਾ ਇੰਪੋਰਟੈਂਟ ਬੜਾ ਅੱਛਾ ਸਬਜੈਕਟ ਹੈਗਾ ਜਦ ਆਏਗੀ ਤੁਸੀਂ ਯਾਦ ਕਰਨਾ ਮੈਨੂੰ ਤੇ ਦੂਜੀ ਮੈਂ ਫਿਲਮ ਕੀਤੀ ਅਨੁਪਮ ਖੇਰ ਨਾਲ ਯਸ਼ਰਾਜ ਬੈਨਰ ਦੀ ਡਿਜੀਟਲ ਫਿਲਮ ਹੈ ਵਿਚ ਇਜ਼ ਅ ਵਿਜੇ 69 ਓਕੇ ਤੇ ਉਹਦਾ ਸਬਜੈਕਟ ਹੈ ਕਿ 69 ਦੀ ਏਜ ਵਿੱਚ ਵੀ ਤੁਸੀਂ ਕੁਝ ਕਰ ਸਕਦੇ ਹੋ ਐਜ਼ ਅ ਲਾਈਫ ਗਿਵ ਅਪ ਨਹੀਂ ਕਰਨੀ ਹੈਗੀ ਤੇ ਉਹ ਅਸੀਂ ਫਿਲਮ ਕੀਤੀ ਤੇ ਮੇਰੀ ਯੋਧਾ ਆਣੀ ਹੈ ਜੇ ਰਿਲੀਜ਼ ਹੋਏਗੀ ਸਿਧਾਰਥ ਮਲੋਤਰਾ ਨਾਲ ਉਹ ਸਪਟੈਂਬਰ ਵਿੱਚ ਰਿਲੀਜ਼ ਹੋਣੀ ਹੈ ਯੋਧਾ ਚ ਕੀ ਰੋਲ ਕੀਤਾ ਯੋਧਾ ਵਿੱਚ ਮੈਂ ਇੱਕ ਪਾਕਿਸਤਾਨੀ ਮਨਿਸਟਰ ਬਣਿਆ ਪਰ ਆਈ ਵੋਂਟ ਰਿਵੀਲ ਕਿਉਂਕਿ ਉਹ ਬੜਾ ਸਰਪ੍ਰਾਈਜ਼ਿੰਗ ਹੋਣਾ ਉਹਦੇ ਵਿੱਚ ਫਿਲਮ ਵਿੱਚ ਪਰ ਜਦੋਂ ਤੁਸੀਂ ਫਿਲਮਾਂ 'ਚ 네ਗੇਟਿਵ ਰੋਲ ਕਰਦੇ ਹੋ ਕਿਤੇ ਵੀ ਹੋਣਗੇ ਕੁਝ ਫਿਲਮਾਂ 'ਚ ਤੇ ਜਦੋਂ ਤੁਹਾਡੀ بیوی ਦੇਖਦੀ ਹੈ ਕਿਵੇਂ ਮਹਿਸੂਸ ਕਰਦੀ ਹੈ ਇਹਦਾ ਇੱਕ ਕਿੱਸਾ ਦਾ ਸਾ ਫਿਲਮ ਵਿੱਚ ਸੀ ਨੀ ਮਾਇਕਾ ਇੱਕ ਸ਼ੋ ਸੀ ਉਹਦੇ ਵਿੱਚ ਮੈਂ 네ਗੇਟਿਵ ਰੋਲ ਕਿਤੇ ਬੜਾ 네ਗੇਟਿਵ ਰੋਲ ਸੀ ਤੇ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਅਸੀਂ ਹਸਪੀਟਲ ਗਏ ਤੇ ਡਾਕਟਰ ਬੋਲਦੇ ਪਵਨ ਇਹ ਕਿਸ तरह ਦੇ ਰੋਲ ਕਰ ਰਿਹਾ ਤੂੰ ਪੀਪਲ ਰੀਅਲੀ ਟੈਲ ਵੀ ਨਾਟ ਟੂ ਡੂ ઓਰ ਰੋਲਸ ਤੇ ਘਰ ਵਿੱਚ ਮੇਰੀ بیوی ਦੇ ਅger ਲੜਾਈ ਹੋਏਗੀ ਤਾਂ ਕਹੇਗੀ ਦੇਖੋ ਇਸ ਤਰ੍ਹਾਂ ਦੇ ਰੋਲ ਕਰਦਾ ਇਸ ਤਰ੍ਹਾਂ ਦਾ ਬੰਦਾ ਹੈਗਾ ਤੇ ਮੈਂ ਇੱਕ ਸ਼ੋ ਵੀ ਕਦੀ ਕੀਤਾ ਕੋਈ ਤੇ بیوی ਕਹਿੰਦੀ ਦੇਖੋ ਹੁਣ ਉਹਨੂੰ ਇਸ ਤਰ੍ਹਾਂ ਦੇ ਰੋਲ ਮਿਲ ਰਹੇ ਸੇ ਮੇਰੇ ਵੜਾ ਕੰਪੈਰੀਸ਼ਨ ਹੋ ਜਾਂਦਾ ਫਿਰ ਟੀਵੀ ਸੀਰੀਅਲ ਦੀ ਗੱਲ ਕਰੀਏ ਤੁਸੀਂ ਬਹੁਤ سارے ਟੀਵੀ ਸੀਰੀਅਲਸ ਕੰਮ ਕੀਤਾ ਐਕਚੁਅਲੀ ਸ਼ੁਰੂਆਤ ਹੀ ਮੇਰੇ ਖਿਆਲ ਹੈ ਤੁਸੀਂ ਥੀਏਟਰ ਤੋਂ ਟੀਵੀ ਸੀਰੀਅਲਸ ਦੈਨ ਟੂ ਦਾ ਫਿਲਮਸ ਟੀਵੀ ਸੀਰੀਅਲਸ ਕਿੰਨੇ ਕੁ ਸੀਰੀਅਲਸ ਕੰਮ ਕਰ ਚੁੱਕੇ ਹੋ ਮੈਂ ਤੇ ਕਾਏ ਮਤਲਬ ਡੇਲੀ ਸੋਪਸ ਕਈ ਕਰ ਚੁੱਕਿਆ ਨਾ ਮੈਂ ਵੀ ਲਾਈਕ 15 20 ਤੇ ਸ਼ੋਅ ਕਰ ਹੀ ਚੁੱਕਿਆ ਹਾਂ ਮੈਂ 2000 ਅਨਵਰਸ ਤੋਂ 2014 ਤੱਕ ਲਗਾਤਾਰ ਟੀਵੀ ਸ਼ੋਅ ਕਰਦਾ ਸੀ ਅਲੱਗ-ਅਲੱਗ ਰੋਲ ਹਮ ਤੇ ਬਾਅਦ ਵਿੱਚ ਮੈਂ ਕ੍ਰਾਈਮ ਪੈਟਰੋਲ ਕਿਤੇ ਸੀ ਉਹਦੇ ਵਿੱਚ ਮੈਂ ਥੋੜਾ ਪਪੂਲਰ ਹੋਰ ਹੋ ਗਿਆ ਕਿਉਂਕਿ ਮੈਂ ਬੜੇ ਤਰ੍ਹਾਂ-ਤਰ੍ਹਾਂ ਦੇ ਰੋਲ ਕਿਤੇ ਸੀ ਉਹਦੇ ਵਿੱਚ ਲੋਕਾਂ ਨੂੰ ਬੜਾ ਅੱਛਾ ਲੱਗਿਆ ਸੀ ਤੇ ਮੈਂ ਟੀਵੀ ਦਾ ਤਾਂ ਸਾਰੀ ਸਟਾਰਟ ਦੇਖੀ ਆ ਤੇ ਬਾਲਾ ਜੀ ਤੋਂ ਪਹਿਲੇ ਜਿਸ ਤਰ੍ਹਾਂ ਟੀਵੀ ਸੀ ਔਰ ਜਿਸ ਤਰ੍ਹਾਂ ਟੀਵੀ ਡਿਕਲਾਈਨ ਹੋਇਆ ਮ ਉਸ ਪਾਰਟ ਵਿੱਚ ਵੀ ਸੀ ਕਹੀਂ ਕਿਸੇ ਰੋਜ਼ ਸੀ ਮਾਇਕਾ ਸੀ ਬੜੇ ਸ਼ੋਅ ਕਿੱਤੇ ਮੈਂ 라ਵਣ ਸੀ देन ਲਾਸਟ ਮੇਰਾ ਪ੍ਰਥਵੀ ਰਾਜ ਵੱੱਲਬ ਸੀ ਤੇ ਬਹੁਤ ਹੀ ਮੈਂ ਸ਼ੋਅ ਕਿੱਤੇ ਬਟ ਇਟਸ ਅ ਵੈਰੀ 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 ਟਫ ਇੰਡਸਟਰੀ ਤੇ ਸੀਰੀਅਲ ਦੇ ਵਿੱਚ ਟੀਵੀ ਸੀਰੀਅਲ ਦੇ ਵਿੱਚ ਕੋਈ ਅਜਿਹੇ ਰੋਲ ਜਿਸ ਦਾ ਜ਼ਿਕਰ ਕਰਨਾ ਚਾਹੋ ਜਿਹੜਾ ਤੁਹਾਡੇ ਲਈ ਮੇਕਰ ਸਾਬਤ ਹੋਵੇ ਮੇਕਰ ਤੇ ਨਹੀਂ ਸਾਬਤ ਹੋਇਆ ਪਰ ਮੈਨੂੰ ਅੱਛਾ ਲੱਗਿਆ ਸੀ ਮੈਂ ਜਿੱਤ ਸੀਰੀਅਲ ਕੀਤਾ ਸੀ ਪ੍ਰਿਥਵੀ ਰਾਜ ਵੱਲਭ ਉਹਦੇ ਵਿੱਚ ਮੈਂ ਪ੍ਰਿਥਵੀ ਰਾਜ ਵੱਲਭ ਦਾ ਫਾਦਰ ਸੀ ਤੇ ਉਹਦੇ ਮੇਰੀ ਬੜੀ ਜਰਨੀ ਦਿਖਾਈ ਸੀ ਯੰਗ ਤੋਂ ਕਿਸ ਤਰ੍ਹਾਂ ਉਹ ਗਰੋ ਹੋਇਆ ਬੜਾ ਇੰਟਰਸਟਿੰਗ ਸੀਗਾ ਉਹ ਚੱਲਿਆ ਨਹੀਂ ਸ਼ੋ ਪਰ ਸਾਡੇ ਵਾਸਤੇ ਉਹ ਬੜਾ ਅੱਛਾ ਸ਼ੋ ਸੀਗਾ ਇਵਨ ਤੁਸੀਂ ਕਦੀ ਦੇਖਿਓ ਤਾਂ ਬਹੁਤ ਅੱਛਾ ਸ਼ੋ ਅਸੀਂ ਕੀਤਾ ਸੀ ਬਟ ਡਿਡਨਟ ਚੇਂਜ ਐਨੀਥਿੰਗ ਫਾਰ ਮੀ ਤੇ ਮੇਰੇ ਲਈ ਤਾਂ ਸਭ ਤੋਂ ਜ਼ਿਆਦਾ ਸਟੈਪਿੰਗ ਹੋਈ ਰਿਹਾ ਕ੍ਰਾਈਮ ਪੈਟਰੋਲ ਦੇ ਵੇਰੀਅਸ ਕੈਰੈਕਟਰਸ ਤੇ ਦਿਲ ਧੜਕਨੇ ਦੋ ਉਹ ਲੋਕ ਅੱਜ ਵੀ ਯਾਦ ਕਰਦੇ ਹਨ ਤੇ ਮੇਰੀ ਲਾਈਫ ਉਧਰੋਂ ਹੀ ਸਟਾਰਟ ਹੋਈ ਨੇ ਹੂੰ ਹੂੰ ਜ਼ਿਆਦਾਤਰ ਅੱਜ ਕੱਲ ਗੈਂਗਸਟਰ ਦੇ ਬਾਲੀਵੁੱਡ ਦੇ ਜਿਹੜੇ ਮੋਹਲੇ ਕਿਤਾਬ ਦੇ ਐਕਟਰਾਂ ਬਣੇ ਥ੍ਰੈਟ ਆ ਰਹੇ ਨੇ ਸਲਮਾਨ ਖਾਨ ਨੂੰ ਦੇਖ ਲੋ ਆ ਰਹੇ ਆ ਦੂਜਿਆਂ ਨੂੰ ਆ ਰਹੇ ਨੇ ਸੋ ਇਸ ਨੂੰ ਕਿਵੇਂ ਦੇਖ ਰਹੇ ਹੋ ਕਿੰਨੀ ਕੋ ਦਹਿਸ਼ਤ ਹੈ ਦਹਿਸ਼ਤ ਤੇ ਕੋਈ ਨਹੀਂ ਹੈਗੀ ਇਹਨਾਂ ਦੇ ਆਪਣੇ ਕੁਝ ਲਿੰਕਸ ਹੋਣੇ ਮੈਨੂੰ ਪਤਾ ਨਹੀਂ ਹੈਗਾ ਪਰ ਸਾਡੀ ਇੰਡਸਟਰੀ ਤੇ ਅੱਛੇ ਨਾਲ ਹੀ ਕੰਮ ਕਰ ਰਹੇ ਨੇ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਕਿਉਂਕਿ ਹੁਣ بڑے بڑے ਲਿਖੇ ਲੋਕ ਆ ਗਏ ਨੇ ਫੀਲਡ ਵਿੱਚ بڑے بڑے ਲਿਖੇ ਲੋਕ ਆ ਗਏ ਨੇ ਤੁਸੀਂ ਸੋਚੋ ਉਹ ਦੁਨੀਆ ਤੋਂ ਲੋਕ ਆ ਰਹੇ ਨੇ ਉੱਧਰ ਇੰਡਸਟਰੀ ਸਾਡੀ ਇੰਡਸਟਰੀ ਖਿੰਚ ਰਹੀ ਹੁਣ ਆਸ ਤੇ ਵੈਬ ਸ਼ੋਜ਼ ਹੈਗੇ ਉਹ ਹੈਗੇ ਲਾਟ ਆਫ ਕੋਲੈਬੋਰੇਸ਼ਨਸ ਹੈਪਨਿੰਗ ਤੇ ਹੁਣ ਅਲੱਗ ਲੈਵਲ ਤੇ ਜਾ ਰਹੀ ਹੈ ਫਿਲਮ ਇੰਡਸਟਰੀ ਬਾਲੀਵੁੱਡ ਇਸ ਵੇਲੇ ਪਾਲੀਵੁੱਡ ਯਾ ਹਾਲੀਵੁੱਡ ਦੇ ਮੁਕਾਬਲੇ ਕਿੱਥੇ ਖੜਾ ਹੈ ਮੈਂ ਤੇ ਮਤਲਬ ਬਹੁਤ ਪਿੱਛੇ ਹੈਗੇ ਅਸੀਂ ਹਾਲੀਵੁੱਡ ਦੇ ਤੇ ਆਸ-ਪਾਸ ਵੀ ਨਹੀਂ ਹੈਗੇ ਹਮ ਬਾਲੀਵੁੱਡ ਨੂੰ ਸਹੀ ਕਹਿੰਦੇ ਆ ਮਿੰਤਾਵਜਨ ਜੀ ਵੀ ਕਹ ਰਹੇ ਸੀ ਕਿ ਇਹਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ ਮੈਂ ਵੀ ਉਹੀ ਸੋਚਦਾ ਬਾਲੀਵੁੱਡ ਆਪਣੀ ਇੱਕ ਇੰਡਸਟਰੀ ਹੈਗੀ ਉਹਨਾਂ ਨੇ ਨਾ ਜ਼ਰੂਰ ਕਾਪੀ ਕਰ ਲੇਤਾ ਬਾਲੀਵੁੱਡ ਪਰ ਅਦਰ ਤੇਲਗੂ ਹੈਗਾ ਤਾਮਿਲ ਹੈਗਾ ਮਲਿਆਲਮ ਸਿਨੇਮਾ ਹੈਗਾ ਮੈਂ ਦੇਖਿਆ ਉਹ ਸਿਨੇਮਾ ਉਹ ਇਸ ਫਾਰ ਅਹੈਡ ਦਨ ਬਾਲੀਵੁੱਡ ਹੁਣ ਐਸ ਕਰਕੇ ਮੈਂ ਕੰਮ ਕਰ ਰਹਾ ਦਾ ਮੂਮੈਂਟ ਆਈ ਸੀ ਆਈ ਸੀ ਹਾਂ ਮੈਂ ਕਰ ਜਿਹੜਾ ਸਾਉਧਾ ਸਿਨੇਮਾ ਤੁਸੀਂ ਹੁਣ ਗੱਲ ਛੇੜੀ ਲਈ ਸਾਉਧਾ ਸਿਨੇਮਾ ਨੌਰ ਦੇ ਸਿਨੇਮੇ ਤੋਂ ਕਿਉਂ ਅੱਗੇ ਹੈਗਾ ਕੀ ਕਾਰਨ ਹੈ ਇਹ ਆ ਨੌਰ ਦਾ ਕਿਉਂ ਪਛੜਿਆ ਹੋਇਆ ਹੈਗਾ ਉਹ ਮੈਂ ਵੀ ਸੋਚਿਆ ਸੀ ਮੈਂ ਸਮਝ ਪਾਇਆ ਉਹਦਾ ਵਰਕ ਕਲਚਰ ਹੈਗਾ ਓਕੇ ਉਹ ਕੰਮ ਨੂੰ profession ਸਮਝਦੇ ਹੈ ਕੰਮ ਨੂੰ ਐਨੀ ਸਿਰਦੇ ਕੀ ਪੈਸਾ ਬਣਾਉਣ ਦੇ ਲਈ ਹੈਗਾ ਚਲੋ ਫਿਲਮ ਬਣਾ ਰਹੇ ਨੇ ਮਨੀ ਬਣਾਣਾ ਉਹ ਕਰਦੇ ਕੰਮ ਨਾਲ ਉਹਨਾਂ ਵਰਕਿੰਗ ਕਲਚਰ ਇਸ ਤਰ੍ਹਾਂ ਹੈਗਾ ਸੀ ਉਹਨਾਂ ਨੇ ਹਾਲੇ ਵੀ ਆਪਣਾ ਕਲਚਰ ਨਹੀਂ ਛੋੜਿਆ ਉਹ ਕਲਚਰ ਨੂੰ ਫਾਲੋ ਕਰਦੇ ਉਹ ਨਹੀਂ ਕਿ ਉਹ ਵੈਸਟਰਨ ਬਣ ਗਏ ਤੁਸੀਂ ਜਾਓ ਤੇ ਡਾਇਰੈਕਟਰ ਨੂੰ ਦੇਖੋ ਚੱਪਲ ਪਹਿਨੇ ਹੋਏ ਐਕਟਰ ਨੂੰ ਦੇਖੋ ਚੱਪਲ ਪਹਿਨੇ ਹੋਏ ਹਾਫ ਚੱਡੀ ਹਾਫ ਸ਼orts ਹੈਗੀ ਤੇ ਕੈਮਰਾਮੈਨ ਤੁਸੀਂ ਕਹੋਗੇ ਨਹੀਂ ਐਨਾ ਵੱਡਾ ਕੈਮਰਾਮੈਨ ਇਹ ਸਾਦੇ ਹੋ ਰਹਿੰਦੇ ਕਿਉਂਕਿ ਉਹਨਾਂ ਦੇ ਕਲਚਰ ਨਹੀਂ ਛੱਡਿਆ ਉਹਨਾਂ ਨੇ ਆਪਣਾ ਜੀ ਤੁਸੀਂ ਅਲਬਰਟਾ ਦੇ ਵਿੱਚ ਵੀ ਕਿਸੇ ਫਿਲਮ ਦੀ ਸ਼ੂਟਿੰਗ ਕਰਕੇ ਗਏ ਸੀ ਮੇਰੇ ਖਿਆਲੇ ਪਹਿਲੇ ਹਾਂ ਉਹ ਮੈਂ ਇਸ ਤਰ੍ਹਾਂ ਮੇਰਾ ਕੈਨੇਡਾ ਦਾ ਕਨੈਕਸ਼ਨ ਹੈਗਾ ਮੈਂ ਕਹਿਣਾ ਯਸ਼ਰਾਜ ਚੋਪੜਾ ਦਾ ਵੀ ਕਨੈਕਸ਼ਨ ਹੈਗਾ ਕਿ ਮੈਂ ਉਹਨਾਂ ਦੇ ਲੜਕੇ ਸੀ ਉਹਦੇ ਚੋਪੜਾ ਤੇ ਉਹਦੀ ਪਹਿਲੀ ਫਿਲਮ ਸੀ ਨੀਲਨ ਨਿੱਕੀ ਤੇ ਉਹ ਵੈਨਕੂਵਰ ਵਿੱਚ ਸ਼ੂਟਿੰਗ ਸੀ 2004 ਵਿੱਚ ਤੇ ਮੈਂ ਪਹਿਲੀ ਵਾਰ ਇੰਡੀਆ ਤੋਂ ਬਾਹਰ ਗਿਆ ਸੀ ਐਨੀ ਕੰਟਰੀ ਤੇ ਮੈਂ ਤਦ ਵੈਨਕੂਵਰ ਆਇਆ ਸੀ ਤੇ ਵੈਨਕੂਵਰ ਦੇ ਬਾਅਦ ਫਿਰ ਮੇਰੀ ਸਿਸਟਰ ਰਹਿੰਦੀ ਹੈ ਦਿਵਿਆ ਇਦਰ ਐਡਮੰਟਨ ਤੇ ਮੈਂ ਉਹਨਾਂ ਨੂੰ ਮਿਲਣ ਆਇਆ ਸੀ ਤਦ 2-4 ਦਿਨ ਵਾਸਤੇ ਤੇ ਮੈਨੂੰ ਬੜਾ ਚੰਗਾ ਲੱਗਿਆ ਸੀ ਐਡਮੰਟਨ ਹੁਣ ਮੈਂ ਆਇਆ ਉਹਨਾਂ ਦੇ ਲੜਕੇ ਦਾ ਵਿਆਹ ਹੈ ਰਾਇਲ ਉਹ ਕਾਇਰੋਪ੍ਰੈਕਟਰ ਹੈਗਾ ਤੇ ਉਹਦਾ ਜੈਸੀ ਕਾ ਨਾਲ ਵਿਆਹ ਸੀ ਤੇ ਮੈਂ ਟੋਟਲੀ ਸਿੱਖ ਵੈਡਿੰਗ ਦੇਖੀ ਆ ਇੱਧਰ ਮੈਂ ਕਹਿ ਰਿਹਾ ਸੀ ਮੈਂ ਪੰਜਾਬ ਦੇਖ ਲੇਤਾ ਐਡਮੰਟਨ ਵਿੱਚ ਵਾਹ ਬੜਾ ਇੰਜੋਏ ਕੀਤਾ ਮੈਂ ਆਈ ਥਿੰਕ ਇਟਸ ਅ ਬਿਊਟੀਫੁਲ ਪਲੇਸ ਯੂ ਹੈਵ ਬਿਊਟੀਫੁਲ ਸਿਟੀ ਬਾਲੀਵੁੱਡ ਦਾ ਕੀ ਫਿਊਚਰ ਹੈ ਮੈਂ ਤਾਂ ਇਹ ਹੀ ਕਹਿਣਾ ਜਦ ਤੱਕ ਸਟਾਰ ਸਿਸਟਮ ਨਹੀਂ ਜਾਏਗਾ ਬਾਲੀਵੁੱਡ ਦਾ ਫਿਊਚਰ ਤਾਂ ਮੈਨੂੰ ਨਹੀਂ ਲੱਗਦਾ ਪਰ ਹੈਗਾ ਕਿ ਉਹ ਇੰਪਰੂਵ ਕਰਨੇ ਕਰ ਰਹੇ ਆ ਆਪਣੇ ਨਾਲ ਆਪ ਨੂੰ ਦੇ ਕਮਿੰਗ ਆਊਟ ਵਿਦ ਡਿਫਰੈਂਟ ਸਟੋਰੀ ਟ੍ਰਾਈ ਕਰ ਰਹੇ ਆ बॉलीवुड दा की ਹੁੰਦਾ ਹੈ बॉलीवुड ना ਲੋਗਾ ਨਾਲ ਚੱਲਦਾ ਹੈ ਅਜੇ ਪਠਾਨ ਹਿੱਟ ਹੋ ਗਈ ਤੇ ਕਹਿੰਦੇ ਇਸ ਤਰ੍ਹਾਂ ਦੀ ਲੋਕ ਹੁਣ ਦੇਖਣਾ ਚਾਹੁੰਦੇ ਫਿਰ ਇੱਕ ਭੇਡ ਚੱਲ ਜਾਦਾ ਨਹੀਂ ਹੈ ਬਾਲੀਵੁੱਡ ਚ ਇੱਕ ਫਿਲਮ ਹਿੱਟ ਹੋਏ ਧੜਾ ਧੜੋ ਉਸੇ ਤਰ੍ਹਾਂ ਨਹੀਂ ਹੈ ਫਿਰ ਉਹ ਕਹਿੰਦੇ ਲੋਕ ਐਂ ਦੇਖਣਾ ਚਾਹੁੰਦੇ ਤਾਂ ਕੀ ਕਰੇ ਉਹ ਤੇ ਇੱਕ ਤਰ੍ਹਾਂ ਤਰ੍ਹਾਂ ਦੀ ਫਿਲਮਾਂ ਬਣਾਉਂਦੇ ਪਰ ਲੋਕਾਂ ਨੇ ਐ ਹਿੱਟ ਕਰ ਦਿੱਤੀ ਤਾਂ ਉਹਨਾਂ ਨੇ ਕਹੇ ਲੋਕ ਨਾ ਵੈਬ ਸੀਰੀਜ਼ ਬੜੇ ਦੇਖ ਲੈਂਦੇ ਲੋਕ ਹੁਣ ਲਾਰਜਰ ਦੈਨ ਲਾਈਫ ਦੇਖਣਾ ਚਾਹੁੰਦੇ ਜੀ ਤੇ ਕਹਿੰਦੇ ਤੇ ਸਾਨੂੰ ਹੁਣ ਲਾਰਜਰ ਦੈਨ ਲਾਈਫ ਬਣਾਨੀ ਤੇ ਹੋਰ ਪੈਸੇ ਲਗਾ ਰਹੇ ਨੇ ਲਾਰਜਰ ਦੈਨ ਲਾਈਫ ਫਿਲਮ ਬਣਾਉਣ ਵਾਸਤੇ ਤੇ ਬਾਲੀਵੁੱਡ ਚੱਲਦਾ ਲੋਕਾਂ ਦੀ ਪਸੰਦ ਨਾਲ ਮੈਂ ਵੀ ਅਗਰ ਸਰਵਾਈਵ ਕਰ ਰਹਾ ਅਗਰ ਮੈਨੂੰ ਕੋਈ ਪਸੰਦ ਕਰਦਾ ਹੈ ਤਾਈ ਮੈਂ ਹੈਗਾ ਫੀਲਡ ਵਿੱਚ ਅਦਰਵਾਈਜ਼ ਆਈ ਊਡ ਨਾਟ ਹੈਵ ਬੀਨ देयर ਸੋ ਬਾਲੀਵੁੱਡ ਚ ਰੋਜ਼ਗਾਰ ਦੇਣ ਵਾਲੇ ਲੋਕ ਨੇ ਨਾ ਕਿ ਇਹ ਫਿਲਮ ਪ੍ਰੋਡਿਊਸਰ ਨਾ ਨੋ ਵੇ ਐਸੇ ਲੋਕਾਂ ਦਾ ਪਿਆਰ ਹੁੰਦਾ ਹੈ ਲੋਕ ਤੁਹਾਨੂੰ ਨਹੀਂ ਪਸੰਦ ਕਰਦੇ ਤੁਸੀਂ ਟਿਕ ਨਹੀਂ ਸਕਦੇ ਇਸ ਫੀਲਡ ਵਿੱਚ ਐਸ ਸਮਝਣਾ ਚਾਹੀਦਾ ਹਰ ਕਿਸੇ ਨੂੰ ਮੈਂ ਤੇ ਸਮਝਣਾ ਹੈ ਪੂਰਾ ਕੋਈ ਅਜਹੀ ਰੀਜ ਜੋ ਮਨ ਵਿੱਚ ਅਜੇ ਅਧੂਰੀ ਹੋਵੇ ਉਸ ਦੀ ਪੂਰਤੀ ਲਈ ਤੁਸੀਂ ਯਤਨਸ਼ੀਲ ਹੋਵੋ ਹਾਂ ਕੋਈ ਅਜਿਹੀ ਗੱਲ ਜਿਹੜੀ ਤੁਹਾਡੇ ਅਜੇ ਪੂਰੀ ਨਹੀਂ ਹੋਈ ਤੁਸੀਂ ਲਗਾਤਾਰ ਸਟਰਗਲ ਕਰ ਰਹੇ ਹੋ ਜੀ ਮੇਰੀ ਤੇ ਮੈਂ ਤੇ ਬਹੁਤ ਮੈਦੇ ਕਹਿਣਾ ਮੈਂ ਨਹੀਂ ਮਿਹਨਤ ਕਰ ਲਈਤੀ ਐਨੇ ਸਾਲ ਮੇਰਾ ਟਾਈਮ ਆ ਗਿਆ ਆਈ ਹੈਵ ਟੂ ਡੂ ਸਮਥਿੰਗ ਵੈਰੀ ਬਿਗ ਤੇ ਮੈਂ ਵੇਟ ਕਰ ਰਿਹਾ ਕਿ ਬਹੁਤ ਵਡਾਜਾ ਰੋਲ ਮਿਲੇ ਬੜੇ ਜੇ ਵੈਨਰ ਵਡਾਜਾ ਰੋਲ ਤੋਂ ਕੀ ਪਾਓ ਤੁਹਾਡਾ ਬੜੇ ਜੇ ਦੇ ਜਦੋਂ ਮੈਂ ਮੈਂ ਆਪਣੇ ਆਪ ਨੂੰ ਬੜਾ ਅੰਮ੍ਰਿਸ਼ਪੂਰੀ ਦਾ ক্লোਜ਼ ਸਮਝਣਾ ਆਪਣੇ ਆਪ ਨੂੰ ਉਹਦਾ ਉਸ ਤਰ੍ਹਾਂ ਦੇ ਰੋਲ ਤੇ ਉਸ ਤਰ੍ਹਾਂ ਦੇ ਕਿ ਰੈਨੇਗੇਟਿਵ ਰੋਲ ਹੋਏ ਤੇ ਮੈਂ ਸੋਚਣਾ ਹੈ ਕਿ ਕਦੀ ਮੈਂ ਵੀ ਕਹਿਣਾ ਕਿ ਮੈਂ ਸ਼ਾਇਦ ਬਹੁਤ ਬਹੁਤ ਬਿਹਤਰ ਕਰ ਸਕਦਾ ਹੈ ਕਈ ਐਕਟਰਸ ਨਾਲ ਕੰਪੇਅਰ ਕਰਕੇ ਤੇ ਇਹਦੇ ਨਾਲ ਮੁਕਾਬਲਾ ਤੁਹਾਡਾ ਮੇਰਾ ਦੇ ਨਾਲ ਇਹ ਮੇਰਾ ਅਗੇ ਗਰੂਪ ਹੀ ਇਸ ਤਰ੍ਹਾਂ ਆਏਗਾ ਮੈਂ ਕਦੀ ਕਦੀ ਦੇਖਦਾ ਹਾਂ ਰੌਨੀத் ਰੌਏ ਹੈਗਾ ਉਹ ਬੜਾ ਅੱਛਾ ਕੰਮ ਕਰਦਾ ਹੈ ਤਾਂ ਮੈਂ ਸੋਚਣਾ ਮੈਂ ਪਹਿਲੂ ਪਹਿਲੇ ਉਧੇ ਅੱਗੇ ਨਿਕਲਾਂ ਫਿਰ ਉਸ ਤੋਂ ਅੱਗੇ ਨਿਕਲਣਾ ਹੈਗਾ ਤੇ ਬੜੇ ਅੱਛੇ ਕਈ ਮੇਰੇ ਏਜ ਗਰੁੱਪ ਦੇ ਐਕਟਰਸ ਕੰਮ ਕਰ ਰਹੇ ਤੇ ਮੈਂ ਵੀ ਐਕਸਪੈਕਟ ਕਰਨਾ ਉਹ ਹੋ ਜਾਏ ਸੋ ਸਾਡੇ ਸਰੋਤਿਆਂ ਲਈ ਕੋਈ ਮਨ ਦੀ ਗੱਲ ਸਾਂਝੀ ਕਰਨਾ ਚਾਹੋ ਇਸ ਵੇਲੇ ਹਾਂ ਮੈਂ ਇਹੀ ਕਹਿਣਾ ਕਿ ਜੋ ਤੁਸੀਂ ਕਰਨਾ ਚਾਹੋ ਉਹ ਲੱਗ ਜਾਓ ਦੇ ਵਿੱਚ ਕਾਫੀ ਉਤਾਰ ਚੜਾਅ ਆਉਂਦੇ ਆਂ ਕਾਫੀ ਤੂਫਾਨ ਆਉਂਦੇ ਆਂ ਕਾਫੀ ਕੁਝ ਆਉਂਦਾ ਹੈ ਤੁਸੀਂ ਅੜੇ ਰਹੋ ਤੁਸੀਂ ਆਪਣਾ ਰਾਸਤਾ ਬਣਾ ਲੋਗੇ ਸਕਸੈਸ ਤੁਹਾਨੂੰ ਮਿਲਣੀ ਮਿਲਣੀ ਹੈ ਸਾਰੀ ਕਾਇਨਾਤ ਮਿਲ ਜਾਂਦੀ ਹੈ ਤੁਹਾਨੂੰ ਸਕਸੈਸਫੁਲ ਬਣਾਉਣ ਵਾਸਤੇ ਤੁਸੀਂ ਬਸ ਸੋਚਣਾ ਹੈਗਾ ਇਹ ਕਰਨਾ ਹੈ ਔਰ ਕਦੀ ਪਿੱਛੇ ਨਹੀਂ ਹਟਣਾ ਜੀ ਤੇ ਚੀਜ਼ਾਂ ਤੇ ਹੁੰਦੀ ਹੈ ਪਵਨ ਚੋਪੜਾ ਜੀ ਬਹੁਤ-ਬਹੁਤ ਮਿਹਰਬਾਨੀ ਮਿਹਰਬਾਨੀ ਜੀ ਮੈਨੂੰ ਬੁਲਾਉਣ ਦਾ ਮੈਂ ਬੜਾ ਸ਼ੁਕਰੀਆ ਹੈਗਾ ਐਡਮੰਟਨ ਵਿੱਚ ਮੈਂ ਹੈ ਮੈਂ ਕਿੰਨੇ ਦੂਰ ਆਇਆ ਫਰਮ ਬੰਬੇ ਆਈ ਐਮ ਹੇਅਰ ਸੋ ਆਮ ਵੈਰੀ ਹੈਪੀ ਟੂ ਸੀ ਮੈਨੂੰ ਬੁਲਾਇਆ ਬਿਸ਼ੋ ਗੁੱਡ ਲੱਕ ਥੈਂਕ ਯੂ